कोरोना वायरस वायरस दी महामारी ਕਾਰਨ ਜਿਹੜੇ ਦੁਨੀਆ ਭਰ ਤੋਂ ਜਿਹੜੇ ਪੰਜਾਬੀ ਆਪਣੇ ਵਤਨ ਨੂੰ ਆਏ ਸੀ ਉਹ ਉੱਥੇ ਫਸੇ ਨੇ ਤੇ ਹੁਣ ਜਾਣ ਨੂੰ ਉਹ ਕਾਫੀ ਉਤਸੁਕ ਵੀ ਨੇ ਤੇ ਇਸੇ ਤਰ੍ਹਾਂ ਜਿਹੜੇ ਬਾਹਰ ਵੀ ਗਏ ਸੀਗੇ ਉਹ ਘਰ ਨੂੰ ਕਿਸ ਤਰ੍ਹਾਂ ਆ ਸਕਦੇ ਨੇ ਤੇ ਉਹਨਾਂ ਲਈ ਕਾਫੀ ਜਿਹੜੇ ਮੈਸੇਜ ਨੇ ਉਹ ਸਾਨੂੰ ਆ ਰਹੇ ਨੇ ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਅਸੀਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਹੈ ਇਹ ਅਸੀਂ ਕੁਝ ਵਲੰਟੀਅਰਸ ਨੇ ਸ਼ੁਰੂ ਕੀਤਾ ਤੇ ਉਹਨਾਂ ਵਲੰਟੀਅਰਸ ਵੱਲੋਂ ਹੀ ਸਾਡੇ ਵੱਲੋਂ ਇੱਕ ਪੇਜ ਬਣਾਇਆ ਗਿਆ ਅਮ੍ਰਿਤਸਰ 에ਰਪੋਰਟ ਕਨੈਕਟਿੰਗ ਦ ਵਰਲਡ ਸਾਨੂੰ ਜਿੱਦਨ ਤੋਂ ਇਹ ਫਲਾਈਟਸ ਬੰਦ ਹੋਈਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਮੈਸੇਜ ਆ ਰਹੇ ਆ ਰਹੇ ਸੀ ਤੇ ਆ ਰਹੇ ਹਨ ਉਸ ਤੋਂ ਪਹਿਲਾਂ ਵੀ ਫਲਾਈਟਸ ਪੂਰੀਆਂ ਬੰਦ ਹੋਣ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਪੁੱਛ ਰਹੇ ਸੀ ਕਿਹੜੇ ਕਿਹੜੇ ਫਲਾਈਟਾਂ ਆ ਰਹੀਆਂ ਜਾ ਰਹੀਆਂ ਸੋ ਸਾਡੀ ਜਿਹੜੀ ਛੋਟੀ ਜਿਹੀ ਟੀਮ ਹੈ ਉਹਨਾਂ ਵੱਲੋਂ ਜਿੰਨਾ ਵੱਤ-ਵਤ ਹੋ ਸਕਿਆ ਫੇਸਬੁੱਕ ਤੇ ਜਾਂ ਕਿਤੇ ਵੀ ਉਹ ਜਵਾਬ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਨੂੰ ਦੱਸੀਏ ਤੇ ਇਸੇ ਅਧੀਨ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਕੋਈ 에어ਪੋਰਟ ਦੇ ਅਫੀਸ਼ਲ ਨਹੀਂ ਕੁਝ ਜਾਣੇ ਅਮਰੀਕਾ ਇੱਕ ਦੋ ਵੋਲੰਟੀਅਰ ਅਮਰੀਕਾ ਨੇ ਕੁਝ ਕੈਨੇਡਾ ਕੁਝ ਅੰਮ੍ਰਿਤਸਰ ਨੇ ਸੋ ਇਹ ਸਾਡੇ ਜਿਹੜੇ ਬਹੁਤ ਛੋਟੀ ਜਿਹੀ ਟੀਮ ਹੈ ਅਸੀਂ ਕੋਈ ਗਵਰਨਮੈਂਟ ਦੇ ਇੱਕ ਸੇਵਾ ਹੈ ਗੁਰੂ ਰਾਮਦਾਸ ਦੀ ਨਗਰੀ ਜਿਹੜੇ ਵੀ ਸਾਡੇ ਪੰਜਾਬ ਵੱਲ ਨੂੰ ਲੋਕ ਜਾਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਸੇਵਾ ਹੈ ਕਿ ਜਿਹੜੋ ਜਲ ਪੰਜਾਬ ਕਿਤੇ ਵੀ ਲੋਕ ਆਣ ਜਾਂ ਜਾਣ ਅਸੀਂ ਕਨੈਕਟ ਕਰ ਸਕੀਏ ਦੂਸਰੀ ਗੱਲ ਕੀ ਜਿਹੜੇ ਪੰਜਾਬੀ ਫਸੇ ਸਨ ਉਹਨਾਂ ਲਈ ਇਸ ਤਰ੍ਹਾਂ ਦੀ ਬਹੁਤ ਇਨਫੋਰਮੇਸ਼ਨ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇੰਗਲੈਂਡ ਦੀ ਜਿਹੜੇ ਇੰਗਲੈਂਡ ਨੇ ਹਾਲੇ ਤੱਕ ਜਿਹੜੀ ਉਹਨਾਂ ਦੀ ਯੂਕੇ ਦੀ ਵੈਬਸਾਈਟ ਹੈ ਐਂਬੈਸੀ ਦੀ ਜਿਹੜੀ ਵੀ ਜਾਣਕਾਰੀ ਅਸੀਂ ਦੇ ਰਹੇ ਹਾਂ ਇਹ ਜਾਣਕਾਰੀ ਇਹ ਜਿਹੜੇ ਕੌਂਸੂਲੇਟ ਨੇ ਅਮਰੀਕਾ ਦੇ ਕੈਨੇਡਾ ਦੇ ਉਹਨਾਂ ਦੀਆਂ ਟਵਿੱਟਰ ਅਕਾਊਂਟ ਜਾਂ ਉਹਨਾਂ ਦੇ ਵੈਬਸਾਈਟ ਤੋਂ ਉਹਨਾਂ ਤੋਂ ਲਈ ਗਈ ਹੈ ਤੁਸੀਂ ਟਵਿੱਟਰ ਤੇ ਵੀ ਸਾਰਾ ਕੁਝ ਜਾਂ ਉਹਨਾਂ ਦੀ ਕੌਂਸੂਲੇਟ ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਜੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਯੂਕੇ ਦੀ ਯੂਕੇ ਦਾ ਕੌਂਸੂਲੇਟ ਦਾ ਵੀ ਟਵਿੱਟਰ ਅਕਾਊਂਟ ਹੈ ਤੇ ਉਹਨਾਂ ਨੇ ਆਪਣੀ ਇੱਕ ਈਮੇਲ ਦਿੱਤੀ ਹੈ co.ngry.newdelhi@fco.gov.uk co.ngry.newdelhi@fco.gov.uk ਉੱਥੇ ਤੁਸੀਂ ਉਹਨਾਂ ਨੂੰ ਈਮੇਲ ਕਰ ਸਕਦੇ ਜੇ ਬਟ ਜਿਹੜੀ ਯੂਕੇ ਐਮਬੈਸੀ ਦੀ ਦਿੱਲੀ ਦੀ ਵੈਬਸਾਈਟ ਹੈ ਤੁਸੀਂ ਉੱਤੇ ਜ਼ਰੂਰ ਜਿਹੜਾ ਉਹਨਾਂ ਦਾ ਉਹਨਾਂ ਨੇ ਸਾਰੀ ਡਿਟੇਲ ਉਹਨਾਂ ਨੇ ਦਿੱਤੀ ਹੋਈ ਹੈ ਹਾਲੇ ਉਹਨਾਂ ਨੇ ਕੁਝ ਫਲਾਈਟਸ ਗੋਆ ਤੋਂ ਜਿਹੜੀਆਂ ਫਲਾਈਟ ਸਿਗੀਆਂ ਉਹਨਾਂ ਨੇ ਲੈ ਕੇ ਗਏ ਨੇ ਚਾਰਟਰ ਫਲਾਈਟਸ ਪਰ ਉਹਨਾਂ ਨੇ ਲਿਖਿਆ ਵਾ ਕਿ ਕੋਸ਼ਿਸ਼ ਕਰ ਰਹੇ ਨੇ ਕਿ ਦਿੱਲੀ ਤੋਂ ਤੇ ਹੋਰ ਨਾਲ ਜਗ੍ਹਾ ਤੋਂ ਫਲਾਈਟਸ ਜੜੀਆਂ ਨੇ ਉਹ ਆਪਰੇਟ ਕਰਨ ਜਿਹੜਾ ਕੈਨੇਡਾ ਹੈ ਕੈਨੇਡਾ ਦੀ ਵੈਬਸਾਈਟ ਤੇ ਕੁਝ ਦਿਨ ਪਹਿਲਾਂ ਇਨਫੋਰਮੇਸ਼ਨ ਆਈ ਸੀ ਕਿ ਤੁਸੀਂ travel.gc.ca/traveling/registration ਤੇ ਰਜਿਸਟਰ ਕਰਨਾ ਹੈ ਕਾਫੀ ਉਹਨਾਂ ਦੀ ਫਲਾਈਟਾਂ 5 ਨੂੰ 6 ਤਰੀਕ ਨੂੰ ਗਈਆਂ ਨੇ ਦਿੱਲੀ ਤੋਂ ਲੰਡਨ ਲੰਡਨ ਤੋਂ ਫਿਰ ਵੈਂਕੂਵਰ ਤੇ ਟ੍ਰਾਂਟੋ ਇਸਰਾਉਨ ਨੇ ਪੈਸੈਂਜਰਸ ਖੜੇ ਨੇ ਪਰ ਹੁਣ 7 ਤਰੀਕ ਦੀ ਸ਼ਾਮ ਨੂੰ ਫਲਾਈਟ ਜਾਏਗੀ 7 ਤੇ 9 ਨੂੰ ਅੰਮ੍ਰਿਤਸਰੋਂ ਦਿੱਲੀ ਕਨੈਕਟ ਕਰੇਗੀ ਰਾਤ ਨੂੰ 10:50 ਤੇ ਜਿਹੜੀ ਉਹਨਾਂ ਦੀ ਸ케ਜੂਲ ਆਇਆ ਹੈ ਉਸ ਤਹਿਤ ਉਹਨਾਂ ਨੇ ਟਵੀਟ ਕਰਕੇ ਉਹਨਾਂ ਦੇ ਜਿਹੜੇ ਹਾਈ ਕਮਿਸ਼ਨ ਨੇ ਦਿੱਲੀ ਵਿੱਚ ਉਹਨਾਂ ਨੇ ਟਵੀਟ ਕਰਕੇ ਵੀ ਦੱਸਿਆ ਹੈ ਕਿ ਜਿਹੜੀਆਂ ਫਲਾਈਟਸ ਨੇ ਉਹ 7 ਤੇ 9 April ਨੂੰ ਅੰਮ੍ਰਿਤਸਰੋਂ ਚੱਲਣਗੀਆਂ ਸਿੱਤੇ ਇਸੇ ਤਰ੍ਹਾਂ ਜਿਹੜੀਆਂ ਫਲਾਈਟਸ ਨੇ ਯੂ ਐਸ ਐਮਬੈਸੀ ਦੀਆਂ ਉਹ 7 ਅਪ੍ਰੈਲ ਨੂੰ ਸ਼ਾਮ ਨੂੰ ਫਲਾਈਟ ਚੱਲੇਗੀ ਤੇ ਫਿਰ 8 ਅਪ੍ਰੈਲ ਦੀ ਸਵੇਰ ਨੂੰ ਫਲਾਈਟ ਸਿੱਧੀ ਤੁਹਾਨੂੰ ਸੈਨ ਫਰਾਂਸਿਸਕੋ ਲੈ ਕੇ ਕਨੈਕਟ ਕਰੇਗੀ ਜਿਹੜੇ ਅਮਰੀਕਨ ਅਮਰੀਕਨ ਪੈਸੇਂਜਰ ਨੇ ਤੇ ਉਹਨਾਂ ਦੀ ਵੈਬਸਾਈਟ ਹੈਗੀ ਆ in.usembassy.gov ਉਹਨਾਂ ਦੀ ਵੈਬਸਾਈਟ ਹੈ in.usembassy.gov ਉਹਨਾਂ ਨੇ ਆਪ ਉਸੇ ਵੈਬਸਾਈਟ ਤੇ ਆਪਣੇ ਜਿਹੜੀ ਯੂ ਐਸ in.usembassy.gov ਹੈ ਉੱਤੇ ਉਹਨਾਂ ਨੇ ਲਿੰਕ ਦਿੱਤਾ ਹੈ step.state.gov ਸੋ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਜਿਉ ਉਹਨਾਂ ਦਾ ਟਵਿੱਟਰ ਅਕਾਊਂਟ ਵੀ ਹੈਗਾ ਯੂ ਐਸ ਏ ਐਨ ਡੀ ਇੰਡੀਆ ਸੋ ਉਹਨਾਂ ਦੇ ਟਵਿੱਟਰ ਤੇ ਵੀ ਜਾ ਕੇ ਉਹਨਾਂ ਨੇ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਦੱਸੀ ਹੋਈ ਹੈ ਜੋ ਜੋ ਇਨਫੋਰਮੇਸ਼ਨ ਆਈ ਜਾਏਗੀ ਅਸੀਂ ਆਪਣੇ ਪੇਜ ਤੇ ਵੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੇ ਪੋਸਟ ਕਰ ਰਹੇ ਹਾਂ ਤੇ ਹੋਰ ਵੀ ਜਿੰਨੀ ਜਾਣਕਾਰੀ ਹੋ ਸਕੇਗੀ ਅਸੀਂ ਦੱਸਾਂਗੇ ਫਿਰ ਤੋਂ ਅਸੀਂ ਅਸੀਂ ਦੱਸਣਾ ਜਾਵਾਂਗੇ ਕਿ ਭਾਰਤ ਸਰਕਾਰ ਵੱਲੋਂ 15 ਅਪ੍ਰੈਲ 14 ਅਪ੍ਰੈਲ ਦੀ ਰਾਤ ਤੱਕ ਕੋਈ ਵੀ ਅੰਤਰਰਾਸ਼ਟਰੀ ਤੇ ਘਰੇਲੂ ਉਡਾਨਾਂ ਪੂਰੀਆਂ ਬੰਦ ਨੇ 올 ਡੋਮੈਸਟਿਕ ਐਂਡ ਇੰਟਰਨੈਸ਼ਨਲ ਫਲਾਈਟਸ ਆਰ ਨਾਟ ਆਪਰੇਟਿੰਗ ਕਮਰਸ਼ੀਅਲ ਸਪੈਸ਼ਲ ਚਾਰਟਰ ਫਲਾਈਟਸ ਜਿਹੜੀਆਂ ਜਿਸ ਤਰ੍ਹਾਂ ਤੁਹਾਨੂੰ ਦੱਸ ਰਹੇ ਆਂ ਕੁਝ ਮੁਲਕਾਂ ਲਈ ਚੱਲ ਰਹੀਆਂ ਨੇ ਜਿਹੜੇ ਭਾਰਤੀ ਇੰਗਲੈਂਡ 'ਚ ਫਸੇ ਨੇ ਤੇ ਜਿਹੜੇ ਆਸਟ੍ਰੇਲੀਆ ਵਿੱਚ ਵੀ ਨੇ ਉਹਨਾਂ ਲਈ ਹਾਲੇ ਕੋਈ ਫਲਾਈਟ ਉਹਨਾਂ ਨੇ ਕੋਈ ਅਪਡੇਟ ਨਹੀਂ ਆਈ ਪਰ ਜਿਹੜੇ ਭਾਰਤੀ ਇੰਗਲੈਂਡ ਵਿੱਚ ਫਸੇ ਨੇ ਜਿਹੜੇ 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 ਯੂਕੇ ਤੋਂ ਭਾਰਤ ਵਿੱਚ ਫਸੇ ਨੇ ਉਹਨਾਂ ਲਈ ਇਹ ਸਾਰੀਆਂ ਅਪਡੇਟਸ ਹੈਗੀਆਂ ਨੇ ਕਾਫੀ ਡਿਮਾਂਡ ਹੈ ਕਿ ਕੈਨੇਡਾ ਨੂੰ ਵੀ ਸਿੱਧਾ ਅੰਮ੍ਰਿਤਸਰ ਤੋਂ ਫਲਾਈਟ ਜਾਵੇ ਕੁਝ ਗਰੁੱਪ ਵੀ ਸ਼ੁਰੂ ਹੋਏ ਨੇ ਇਸੇ ਤਰ੍ਹਾਂ ਇਸੇ ਤਰ੍ਹਾਂ ਯੂਕੇ ਲਈ ਵੀ ਕਾਫੀ ਡਿਮਾਂਡ ਹੈ ਕੁਝ ਐਮਪੀਜ਼ ਨੇ ਪੁਆਇੰਟ ਰੇਸ ਕੀਤਾ ਹੈ ਆਪਣੀ ਸਰਕਾਰ ਦੇ ਨਾਲ ਉੱਥੇ ਯੂਕੇ ਦੇ ਨਾਲ ਕਿ ਪੰਜਾਬ ਵਿੱਚ ਬਹੁਤ ਲੋਕ ਫਸੇ ਨੇ ਤੇ ਉਹਨਾਂ ਨੂੰ ਜਾਣ ਵਿੱਚ ਬਹੁਤ ਮੁਸ਼ਕਲ ਹੋਏਗੀ ਦਿੱਲੀ ਵੱਲ ਨੂੰ ਤੇ ਕਿਉਂਕਿ ਬਾਰਡਰ ਵੀ ਬੰਦ ਨੇ ਦੂਜੀ ਸਟੇਟ ਨਾਲ ਤੇ ਅੰਮ੍ਰਿਤਸਰੋਂ ਸਿੱਧੀ ਫਲਾਈਟ ਚਲਾਈ ਜਾਵੇ ਸੋ ਇਹ ਅਸੀਂ ਅਪਡੇਟ ਦੇ ਰਹੇ ਹਾਂ ਜੇਕਰ ਕੋਈ ਅਪਡੇਟ ਹੋਏਗੀ ਕਿ 15 April ਤੋਂ ਬਾਅਦ ਫਲਾਈਟ ਸ਼ੁਰੂ ਹੋਣੀ ਹੈ ਕਿ ਨਹੀਂ ਹੋਣੀ ਹੈ ਉਸੀ ਅਪਡੇਟ ਜਰੂਰ ਪ੍ਰੋਵਾਈਡ ਕਰਾਂਗੇ ਅਸੀਂ ਸਾਰੇ ਪੰਜਾਬੀ ਦੇ ਧੰਨਵਾਦੀ ਹਾਂ ਜੋ ਕਿ ਇੰਨੀ ਸਪੋਰਟ ਫਲਾਈ ਅਮਰੀਸਰ ਇਨੀਸ਼ੀਏਟਿਵ ਨੂੰ ਮਿਲੀ ਹੈ ਇੱਕ ਹੋਰ ਗੱਲ ਕਹਿਣੀ ਚਾਹਾਂਗੇ ਜੋ ਇਸ ਵਤ ਹਾਲਾਤ ਨੇ ਉਹਦੇ ਵਿੱਚ ਅਸੀਂ ਇਹੋ ਸੁਜੈਸਟ ਕਰਾਂਗੇ ਕਿ ਪਹਿਲੀ ਗੱਲ ਹੈ ਕਿ ਕਿਉਂਕਿ ਜਿਹੜੇ ਵੱਡੇ ਨੇ ਵੱਡਿਆਂ ਨੂੰ ਇਹ ਜਿਹੜਾ ਵਾਇਰਸ ਹੈ ਉਹ ਬਹੁਤ ਡੈਡਲੀ ਹੈ ਤੇ ਅਸੀਂ ਇਹੋ ਕਹਾਂਗੇ ਕਿ ਜੇਕਰ ਤੁਹਾਨੂੰ ਕੋਈ ਐਕਸਟ੍ਰੀਮ ਸਰਕਮਸਟੈਂਸਸ ਵਿੱਚ ਟ੍ਰੈਵਲ ਕਰਨਾ ਪੈ ਰਿਹਾ ਹੈ ਫਿਰ ਤੁਸੀਂ ਕਰੋ ਪਰ ਅਸੀਂ इस बारे कोई ये दस रहे कि ट्रैवल करो या किस तरह से सिर्फ अपडेट दे रहे हैं सुजैशन है हुई है कि वो ट्रैवल वेले बहुत बड़ा रिस्की है क्योंकि काफ़ी लोग जो चैक इन करे कोशिश करोगे फिजिकल बट सब तो वाइस कि किसी अपने घर बैठो अंदर रहो जो तो हालात ठीक होन पर फिर भी जे किसी बहुत ही सर्कमस्टांसिज ट्रैवल करना है अपने परिवार तो विछड़ गए हैं तो चाहते हैं वापस ਫਿਰ ਤੁਸੀਂ ਇਹਨਾਂ ਜਿਹੜੀਆਂ ਫਲਾਈਟਸ ਨੇ ਜਿਹੜੀਆਂ ਰੈਸਕਿਊ ਫਲਾਈਟਸ ਕਹਿ ਸਕਦੇ ਜੇ ਜਾਂ ਰਿਪਰ ਰੈਸਕਿਊ ਫਲਾਈਟਸ ਸ਼ੁਰੂ ਕੀਤੀਆਂ ਗਈਆਂ ਨੇ ਉਹਨਾਂ ਵਿੱਚ ਤੁਸੀਂ ਫਿਰ ਟ੍ਰੈਵਲ ਕਰੋ ਕੈਨੇਡਾ ਲਈ ਫਲਾਈਟਸ ਚੱਲ ਰਹੀਆਂ ਨੇ ਜੇ ਰਜਿਸਟਰ ਨਹੀਂ ਕੀਤਾ ਤੇ travel.gc.ca ਤੇ ਰਜਿਸਟਰ ਕਰੋ ਅੰਮ੍ਰਿਤਸਰ ਤੋਂ 7 8 ਤੇ 9 ਨੂੰ ਕੁਝ ਫਲਾਈਟਸ ਜਾ ਰਹੀਆਂ ਨੇ ਜਿਹੜੀਆਂ ਦਿੱਲੀ ਵੱਲ ਨੂੰ ਲੈ ਕੇ ਜਾਣਗੀਆਂ ਤੇ ਕੈਨੇਡਾ ਦੀ ਜਿਹੜੀ ਫਲਾਈਟ ਹੈ ਲੰਡਨ ਥਾਣੀ ਹੁੰਦੇ ਹੋਏ ਫਿਰ ਉਹ 에ਅਰ ਕੈਨੇਡਾ ਤੇ ਲੰਡਨ ਤੋਂ ਟੋਰਾਂਟੋ ਤੇ ਲੰਡਨ ਤੋਂ ਵੈਂਕੂਵਰ ਲਈ ਉਹ ਫਲਾਈ ਕਰਨਗੇ ਸੋ ਤੁਸੀਂ ਇਹਨਾਂ ਫਲਾਈਟਸ ਲਈ ਜਾਣਕਾਰੀ ਤੁਸੀਂ ਸਾਡੇ ਪੇਜ ਤੇ ਵੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੇ ਜਾਂ ਫਿਰ ਅੰਮ੍ਰਿਤਸਰ 에어ਪੋਰਟ ਕਨੈਕਟਿੰਗ ਦ ਵਰਲਡ ਤੇ ਲਾ ਸਕਦੇ ਹੋ ਅਸੀਂ ਜਿੰਨਾ ਹੋਵੇਗਾ ਪੋਸਟ ਪਾ ਸਕਦੇ ਹਾਂ ਜਿੰਨੀਆਂ ਜਵਾਬ ਅਸੀਂ ਦੇ ਸਕਦੇ ਹਾਂ ਅਸੀਂ ਦੇ ਰਹੇ ਹਾਂ ਜੇਕਰ ਕੁਝ ਡਿਲੇ ਹੈ ਤੇ ਉਹ ਅਸੀਂ ਇਹ ਕਹਾਂਗੇ ਕਿ ਕੁਝ ਕੋਈ ਸਾਡੇ ਵੋਲੰਟੀਅਰਸ ਨੇ ਸੋ ਪਲੀਜ਼ ਅਸੀਂ ਉਮੀਦ ਕਰਦੇ ਹਾਂ ਕਿ ਪੂਰੀ ਦੁਨੀਆ ਪਰ ਦੇ ਹਾਲਾਤ ਜਲਦੀ ਠੀਕ ਹੋਣਗੇ ਤੇ ਸਾਰੇ ਲੋਕ ਜੋ ਜੋ ਵਿਛੜੇ ਨੇ ਜੋ ਖੋ ਰਿਹਾ ਹੈ ਦੁਨੀਆ ਵਿੱਚ ਸਭ ਜਲਦੀ ਠੀਕ ਹੋਏਗਾ ਤੇ ਪ੍ਰਮਾਤਮਾਗੇ ਇਹੋ ਇਹ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਸਾਰੇ ਲੋਕ ਜਿਹੜੇ ਕਿ ਸ੍ਰੀ ਗੁਰੂ ਰਾਮਦਾਸ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਲੱਖਾਂ ਦੀ ਤਦਾਦ ਵਿੱਚ ਆਉਂਦੇ ਨੇ ਉਹ ਫਿਰ ਤੋਂ ਆਸ ਆ ਜਾ ਸਕਣਗੇ ਪਰ ਇਸ ਵਕਤ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਅੰਦਰ ਰਹੋ ਆਪਣੇ ਘਰ ਦੇ ਅੰਦਰ ਰਹੋ ਸੋਸ਼ਲ ਡਿਸਟੈਂਸਿੰਗ ਔਰ ਫਿਜ਼ੀਕਲ ਡਿਸਟੈਂਸਿੰਗ ਕਾਇਮ ਰੱਖੋ ਤੇ ਜਿੰਨਾ ਵੀ ਅਵੋਇਡ ਕਰ ਸਕੋ ਟਰੈਵਲ ਨਾ ਕਰੋ ਬਹੁਤ ਬਹੁਤ ਧੰਨਵਾਦ